अपना मुख्यमंत्री फार्म हाउस से रहने वाला मुख्यमंत्री जरा निकलता ही नहीं, उन्हें पता ही नहीं की हो रहा है। मुख्यमंत्री कैप्टन अमरिंदर सिंह मुख्यमंत्री कहते लायक नहीं है। मैं सब तो पहले सारे पंजाबियों नूं ते देशवासियों नूं विसाखी दी लग लग बधाई दिंदा। खालसा पंथ का नवा साल शुरू होया, आज साल खुशियां भरिया साल रहे ते परमात्मा दे अरदास करदा जिहड़ी कोरोना की बीमारी है जल्दी खत्म हो जाए ते लोग अपने काम काज फिर तो नॉर्मल रूटीन नाल शुरू कर दें। अज मैं परमात्मा दे चरणा च अरदास बेनती भी कीती कि जिहड़ा संघर्ष किसानी एक संघर्ष चल रहा दिल्ली, जिहड़े सेंटर दी बीजेपी सरकार ने काले कानून लागू किए है, परमात्मा मेहर करे सारी कौम नूं किसान किसानां नूं ताकत बख्शन ते हिम्मत बख्शन कि कामयाब होके उत्थों वापस आउण ते मोदी दे मन च वी पाउण कि देश दे लोग ऐ जे कोई कानून नहीं चाहुंदे जिहड़े उन्हां नूं पसंद नहीं, ते इस करके मोदी सरकार नूं इमीजिएटली आ कानून वापस लेने चाहिए। पंजाब दी हालात है कि कणक दी फसल आ गई है, सारे पंजाब देश विच पहली तरीक तो कणक खरीदी जानी शुरू हो गई सी, पर अपना मुख्यमंत्री फार्म हाउस ते रहने वाला मुख्यमंत्री जिहड़ा निकलदा ही नहीं, उन्हें पता ही नहीं की हो रहा। 10 तरीक हो गई, हले भी मंडियां च प्रबंध पूरे नहीं, किसान मंडियां च आगे फसल लेके आगे दुखी होए, मैनू डोल चल फड़ाउंदे आ किते बारदाना नहीं किते परचेज नहीं, एडिया रिस्ट्रिक्शन करी गई है। हुण जिहड़ा डायरेक्ट बेनिफिट ट्रांसफर जो डायरेक्ट पैसा भेज रहे है ओहदा भी मैनू कई किसान मैनू मिले जिन्होंने उन्होंने समस्या आ रही है, क्योंकि तुसी जानते हो कि अपने पंजाब च लोग ठेके ते बड़े जमीन लैके वाहुंदे है, हुण जिहड़ी पैसा आऊगा ठेके ते जिहड़ा दित्ता है उहदे उहदे खाते च आउणी नहीं, उहदा जिहदी जमीन है ना ते उहदे खाते च आऊगी। अपने पिंड च जिहड़ी जमीन है ਉਹ ਵੀ ਹਲੇ ਇੰਤਕਾਲ ਨਹੀਂ ਹੋਏ, ਉਹ ਸਾਂਝੇ ਖਾਤੇ ਚੱਲੀ ਜਾਂਦੇ ਆ। ਸੋ ਇਹ ਜੇ ਬੜੇ ਮਸਲੇ ਹੈ ਜਿਹੜੇ ਬਗੈਰ ਸੋਚੇ ਸਮਝੇ ਕੈਪਟਨ ਸਰਕਾਰ ਉੱਥੇ ਮੰਨ ਕੇ ਆ ਗਏ ਹੈ। ਐਕਚੁਅਲੀ ਮੈਂ ਬੜਾ ਹੈਰਾਨ ਹੈ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਸਾਲ ਤੋਂ ਦੇਖ ਰਿਹਾ ਕੈਪਟਨ ਜੋ ਦਿੱਲੀਓਂ ਫੈਸਲਾ ਹੁੰਦਾ ਕੈਪਟਨ ਨਾਲ ਦੇ ਨਾਲ ਲਾਗੂ ਉਹਨੂੰ ਕਰ ਦਿੰਦੇ ਆ। RDF ਜਿਹੜੀ ਆਪਾਂ ਗਲੀਆਂ ਨਾਲੀਆਂ ਤੇ ਆਪਣੇ ਰੂਰਲ ਡਿਵੈਲਪਮੈਂਟ ਫੰਡ ਸੀ ਜਦੋਂ ਆਪਾਂ ਨੂੰ ਘੱਟ ਤੋਂ ਘੱਟ 1200-1300 ਕਰੋੜ ਹਰ ਫਸਲ ਤੇ ਆਉਂਦਾ ਸੀ, 3% ਆਪਾਂ ਚਾਰਜ ਕਰਦੇ ਸੀ ਤੇ ਸੈਂਟਰ ਸਰਕਾਰ ਨੇ ਕਰਤਾ ਚੂ ਨਹੀਂ ਕੀਤੀ ਕੈਪਟਨ ਨੇ। ਆ ਹੁਣ DAP ਦੇ ਰੇਟ 1200-1900 ਗਏ, ਚੂ ਨਹੀਂ ਕੀਤੀ ਕੈਪਟਨ ਨੇ। ਕੈਪਟਨ ਮੁੱਖ ਮੰਤਰੀ ਸੂਬੇ ਦਾ ਲੜਾਈਆਂ ਸੂਬੇ ਦਾ ਮੁੱਖ ਮੰਤਰੀ ਲੜਦਾ ਹੁੰਦਾ, ਆਪੋਜੀਸ਼ਨ ਨੇ ਤਾਂ ਚਲੋ ਲੜਨੀ ਅਸੀਂ ਲੜਨੀ ਹੈ, ਪਰ ਜੇ ਸੂਬੇ ਦਾ ਮੁੱਖ ਮੰਤਰੀ ਅੱਗੇ ਹੋ ਕੇ ਲੜੇ ਉਹਦਾ ਬਹੁਤ ਵੱਡਾ ਅਸਰ ਹੁੰਦਾ। ਪਰ ਅਫਸੋਸ कि मुख्यमंत्री कैप्टन अमरिंदर सिंह मुख्यमंत्री कहते लायक नहीं है, 4 साल पंजाब ते बर्बाद करते। कोई सवाल सारे कैंडिडेट अनाउंस कर रहे जाके दमदमा साहब वाले कोई तलवंडी साहब ऐलान हो सकता है, इतने कोई शक है? जीत अमरिंदर जी सब तो पुराने साढ़े इथो परिवार दे मैंबर है, सीनियर पार्टी लीडर है, ਇੱਥੇ ਕੋਈ ਕੋਈ ਸ਼ਰਤ ਨਹੀਂ। ਸ਼ੁਰੂ ਤੋਂ ਕਹਿ ਹਲਕਾ ਇੰਚਾਰਜ ਹੀ ਆ, ਆਪ ਇੱਥੋਂ ਇਲਾਕੇ ਦੇ ਸੇਵਾਦਾਰ ਹੈ, ਹਲਕਾ ਇੰਚਾਰਜ ਹੈ। ਇਸ ਕਰਕੇ ਜਿੱਥੇ ਡਿਸਪਿਊਟ ਹੋਏ ਉੱਥੇ ਉੱਥੇ ਅਸੀਂ ਐਲਾਨ ਕੇ ਜਾਂ ਕੁਝ ਕਰਦੇ, ਜਿੱਥੇ ਡਿਸਪਿਊਟ ਹੀ ਨਹੀਂ ਹੈ ਉੱਥੇ ਕੋਈ ਕੋਈ CM ਕੈਂਡੀਡੇਟ ਹੋਣੇ ਜੀ ਕੀ CM ਕੈਂਡੀਡੇਟ ਉਹ ਪਾਰਟੀ ਫੈਸਲਾ ਕਰੂ। ਪਰਸੋਂ ਵਿੱਚ ਤੁਹਾਡਾ ਕਿ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਸੀ ਪਾਰਟੀ ਦੇ, ਪਾਰਟੀ ਨੇ ਮੈਨੂੰ ਪੇਸ਼ ਕੀਤਾ ਸੀ ਪਾਰਟੀ ਕੋਰਟ ਮੀਟਿੰਗ, ਪਰ ਫਿਰ ਵੀ ਫਾਈਨਲ ਫੈਸਲਾ ਪਾਰਟੀ ਦਾ ਹੁੰਦਾ ਜੀ। ਸਹੀ ਗੱਲ, ਮੰਡੀਆਂ ਦੀ ਖਰੀਦ 10 ਤਰੀਕ ਤੋਂ ਸ਼ੁਰੂ ਹੋਈ ਸੀ, ਪਰ ਕੱਲ ਕੁਛ ਫਾਰਮੈਲਿਟੀ ਕਰੀ ਵੀ ਹਰੇਕ ਮੰਡੀ ਤੇ ਜਿਹੜੀ ਵੀ ਸ਼ਹਿਰੀ ਸੀਗੀਆਂ ਜੀ ਉਹਨਾਂ ਦੀ ਇੱਕ ਇੱਕ ਢੇਰੀ ਦੀ ਬੋਲੀ ਰਾਈ ਹੋਰ ਬੰਦਾ ਜੀ ਬਾਰਦਾਨਾ ਹਜੇ ਪਹੁੰਚੇ ਨਹੀਂ। ਮੈਂ ਉਹ ਹੀ ਕਹਿ ਰਿਹਾ ਨਾ ਬਾਰਦਾਨਾ ਪੋਲਾ ਨਾ ਇੰਸਪੈਕਟਰ ਪਹੁੰਚੇ ਹੈ ਉੱਥੇ, ਮੈਨੂੰ ਕਿਸਾਨਾਂ ਦੇ ਟੈਲੀਫੋਨ ਆਈ ਜਾਂਦੇ ਤੰਗ ਹੋਏ ਬੈਠੇ ਹੈ, ਫਾਰਮੈਲਿਟੀ ਕਰੀ ਜਾਂਦਾ ਹੈ। ਜੋ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸਾਰੇ ਮੰਤਰੀਆਂ ਦੀ ਡਿਊਟੀ ਸੀ, MLA ਲੱਗੀ ਸੀ ਬਾਕੀ ਇੱਕ ਮੰਡੀ ਜਾਓ ਜਾ ਕੇ ਮਿਲੋ, ਪਰ ਇੱਥੇ ਮਿਲਣਾ ਕੀ ਸੀ? ਆ ਜਿਹੜਾ ਮੁੱਖ ਮੰਤਰੀ ਤੇ ਉਹਦੇ ਸਾਥੀ ਹੈ ਲੁੱਟਣ ਤੇ ਲੱਗੇ ਹੈ। ਹਰ ਬੰਦੇ ਦਾ ਹੱਕ ਹੈ, ਹੁਣ ਉਹਨੇ ਦੁਕਾਨ ਖੋਲੀ ਆਪਣੀ ਉਹ ਲੱਭੇ ਫਿਰਦੇ ਹੈ, ਪਰ ਜਿਹੜਾ ਬੰਦਾ ਆਪ ਆਪਣਾ ਇਲੈਕਸ਼ਨ ਨਾ ਜਿੱਤ ਸਕੇ, ਜਿਹਨਾਂ ਲੋਕਪ੍ਰਿਯਤਾ ਖਤਮ ਹੋ ਜਾਏ,
ਕੀ ਕਹਿ ਸਕਦੇ ਰਾਈਟ ਉਹਨਾਂ ਦਾ ਵੀ ਹੈ ਲਿਖ ਬਦਾਨੇ ਜਾਂ ਜੋਨ ਪਲੀਜ਼ ਆਨ ਜ਼ਰੂਰ ਆਨ ਜਾਇਜਾ ਮਾਹੌਲ ਪੰਜਾਬ ਚ ਬਣ ਗਿਆ ਸੀ ਪੰਜਾਬ ਦੇ ਵਿਚ ਹਵਾ ਐਂਟੀ ਕਾਂਗਰਸ ਹਵਾ ਚੱਲ ਪਈ ਹੈ ਪੰਜਾਬ ਦੇ ਲੋਕ ਦੁਖੀ ਹੋ ਗਏ ਔਰ ਸਾਰੇ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਾਪਸ ਆਏ ਸੋ ਤੁਸੀਂ ਦੇਖਿਆ ਹੋਣਾ ਹਰ ਰੈਲੀ ਵਿਚ ਹਰ ਹਲਕੇ ਦੀ ਰੈਲੀ ਵਿਚ ਹਜ਼ਾਰਾਂ ਲੋਕ ਇੱਕ ਇੱਕ ਰੈਲੀ ਜਾਏ ਸੀ ਸਰਕਾਰ ਦਾ ਫੈਸਲਾ ਹੁੰਦਾ ਨਾ